ਟੋਟਲ ਜਿਹੜਾ ਤੁਹਾਡਾ ਇੱਥੇ ਕਿੰਨਾ ਖਰਚਾ ਕਿੰਨਾ ਕ ਆ ਜਾਂਦਾ? ਰਿਹਾਇਸ਼ ਰੂਸ਼ ਇਹਨਾਂ ਦਿੱਤੀ ਹੈ ਕੀ ਭਾਵ? ਰਿਹਾਇਸ਼ ਇਹਨਾਂ ਦਿੱਤੀ ਹੈ, ਵਾਈਫਾਈ ਇਹਨਾਂ ਦੀ, ਪਾਣੀ ਇਹਨਾਂ ਦਾ, ਹਰ ਬਿਜਲੀ ਦਾ ਬਿੱਲ ਇਹਨਾਂ ਦਾ ਹੈ। ਅੱਛਾ, ਤੇ ਅਸੀਂ ਕੋਈ ਖਾ ਪੀ ਕੇ ਨਾ ਕੋਈ 17,000 ਰੁਪਇਆ ਬਚਾ ਲੈਂਦੇ। ਪਾਕਿਸਤਾਨ ਕਿੰਨੇ ਰੁਪਈਏ ਤੁਸੀਂ ਘਰ ਪਾ ਛੱਡਦੇ ਹੋ? ਪਾਕਿਸਤਾਨ ਅਸੀਂ ਪਾ ਛੱਟੀ ਦਾ 16,000। ਨਹੀਂ ਮਤਲਬ ਪਾਕਿਸਤਾਨੀ ਕਿੰਨੇ ਪੀ ਕੇ ਆ ਰਪੜ ਜਾਂਦੇ ਨੇ? ਰੁਪਈਆ ਕੋਈ ਲੱਖ ਸਵਾ ਡੇਢ ਤੱਕ ਡੇਢ ਇੱਕ ਲੱਖ ਪਹੁੰਚ ਜਾਂਦੇ। ਇੱਕ ਸਰਕਾਰ ਡਬਲ ਬੈਡ ਇੱਥੇ ਲੱਗਾ ਜੇ ਹੇਠ ਉੱਤੇ, ਦੋ ਜੀ ਇੱਥੇ ਸੌ ਸਕਦੇ ਨੇ। ਬਿਸਮਿਲ੍ਲਾਹਿ ਰਹਿਮਾਨਿ ਰਹੀਮ ਜੀ, ਆਗਾਜ਼ ਰੱਬੇ ਕਰੀਮ ਦੇ, ਬਬਰਕਤ ਨਾਮ ਤੂੰ ਜੋ ਹਰ ਚੀਜ਼ ਦੇ ਕਾਦਰ ਹੈ। ਅਸਾਂ ਨਾਜ਼ਰੀਨ ਨਾਲ ਜਨਾਬ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਇਸ ਵੀਡੀਓ ਤੋਂ ਬਾਅਦ ਵੀਡੀਓ ਦਿਆਂਗੇ ਕਿ ਜਿਹੜੀ ਇਸਤੰਬੋਲ ਦੇ ਵਿੱਚ ਇੱਥੇ ਮੌਜੂਦ ਜਿਹੜੇ ਪਰਦੇਸੀ ਨੇ, ਖਾਸ ਕਰਕੇ ਜਿਹੜੇ ਗੈਰ ਕਾਨੂੰਨੀ ਤੌਰ ਤੇ ਮੁਕੀਮ ਨੇ ਇੱਥੇ, ਉਹਨਾਂ ਦੀ ਈਦ ਕਿਸ ਤਰ੍ਹਾਂ ਗੁਜ਼ਰਦੀ, ਉਹ ਕੀ ਕੰਮ ਸ਼ਾਮ ਕਰਦੇ ਨੇ ਜਾਂ ਰੈਸਟ ਕਰਦੇ ਨੇ, ਕੀ ਮਾਮਲਾਤ ਨੇ ਉਹਨਾਂ ਦੇ। ਇੱਕ ਫੈਕਟਰੀ ਦੇ ਵਿੱਚ ਮੈਂ ਅੱਜ ਮੌਜੂਦ ਹਾਂ, ਈਦ ਦਾ ਤੀਸਰਾ ਦਿਹਾੜਾ ਹੈ, ਕਿਆ ਕਿਸੇ ਈਦ ਸ਼ੀਦ ਦਿੱਤੀ ਹੈ ਕੋਈ ਨਹੀਂ ਦਿੱਤੀ? ਆਓ ਸਾਡੇ ਨਾਲ ਚੱਲੋ। ਅਸਲਾਮ ਅਲੈਕਮ ਜੀ। ਵਾਲੇਕੁਮ ਸਲਾਮ। ਹਾਂਜੀ ਭਾਈ ਜਾਨ, ਕੀ ਹਾਲ ਚਾਲ ਹੈ? ਠੀਕ ਹੋ ਜੀ? ਬਿਲਕੁਲ, ਅੱਲਾ ਦਾ ਸ਼ੁਕਰ ਹੈ, ਠੀਕ ਠਾਕ। ਨਾਜ਼ਰੀਨ, ਪਹਿਲਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਫੈਕਟਰੀ ਦੇ ਵਿੱਚ ਜਿਹੜਾ ਹੁੰਦਾ ਕੀ ਹੈ ਔਰ ਕੀ ਮਾਮਲਾਤ ਨੇ, ਕਿੰਨੇ ਘੰਟੇ ਕੰਮ ਸ਼ਾਮ ਕਰਦੇ ਨੇ, ਬਣਦਾ ਕੀ ਹੈ? ਇੱਥੇ ਬੇਜਾ ਨੇ ਕਾਗਜ਼ ਬਣਦਾ ਹੈ, ਇਹਦੇ ਵਿੱਚ ਬਰਗਰ ਪੀਜ਼ਾ ਉਹਦੇ ਵਿੱਚ ਕੰਮ ਦਿੰਦਾ, ਉਸ ਤੋਂ ਬਾਅਦ ਬੂਟਾਂ ਵਿੱਚ ਕੰਮ ਦੇ ਜਾਂਦਾ ਹੈ। ਅੱਛਾ, ਨਹੀਂ ਕਾਗਜ਼ ਬਣਦਾ ਜਾਂ ਕਾਗਜ਼ ਕਟਿੰਦਾ? ਜੀ ਕਾਗਜ਼ ਕਟਿੰਦਾ ਹੈ, ਕਾਗਜ਼ ਦੀਆਂ ਆਉਂਦੀਆਂ ਨੇ ਪਿੱਛੋਂ ਬੋਬੀਆਂ। ਅੱਛਾ, ਵੱਡੇ ਵੱਡੇ ਰੂਲੇ ਆਉਂਦੇ ਨੇ, ਉਹਨਾਂ ਦੀ ਫਿਰ ਅਸੀਂ ਇੱਥੇ ਇਸ ਮਸ਼ੀਨ ਤੇ ਖੋਲਨੇ ਆ, ਖੋਲ ਕੇ ਜੀ ਹੁਣ ਖੋਲ ਰਿਹਾ ਜੀ, ਇਹ ਜੀ ਖੋਲ ਰਿਹਾ। ਉਸ ਤੋਂ ਬਾਅਦ ਉਹ ਮਾਲ ਸਾਡਾ ਉਹ ਵੀ ਪਿਆ ਹੈ, ਖੁੱਲਾ ਆ, ਫਿਰ ਅਸੀਂ ਉਸ ਤੋਂ ਬਾਅਦ ਇਹ ਮੁੰਡਾ ਐਸ। ਆਓ ਜੀ ਹਜ਼ਰਤ, ਥੋੜਾ ਅੱਗੇ ਗਿਆ ਉਹ ਨਾਜ਼ਰੀਨ, ਅਸੀਂ ਤੁਸੀਂ ਆਪਣਾ ਲੱਗੋ, ਮੈਂ ਭਾਰ ਨਾਲ ਜਾ ਕੇ ਪੂਰੀ ਫੈਕਟਰੀ ਵਿਜ਼ਿਟ ਕਰਾਵਾਂ। ਇਹ ਜੀ ਮਸ਼ੀਨ ਹੈ, ਜਰਾ ਜਰਾ ਫੋਕਸ ਕਰੋ ਹਾਂ ਇਸ ਮਸ਼ੀਨ ਤੇ। ਮਸ਼ੀਨ ਇਹ ਸਾਡੀ ਹੈ, ਇਹ ਮਸ਼ੀਨ ਜਿਹੜੀ ਹੈ ਕਾਗਜ਼ ਕੱਟਦੀ ਹੈ ਯਾਨੀ ਕਿ ਵੱਢਦੀ ਹੈ ਜੀ, ਇਹ ਵੱਢਦੀ ਹੈ। ਅੱਛਾ, ਇਹ ਮਸ਼ੀਨ ਕੀ ਬਣਾਉਂਦੀ ਹੈ? ਇਹ ਬੇਜਾਨ ਇਹਦੇ ਤੇ ਇਹ ਜਿਹੜੀਆਂ ਪਿੱਛੂ ਬੋਬੀਆਂ ਆਉਂਦੀਆਂ ਨੇ ਨਾ, ਉਹ ਇਸ ਤਰ੍ਹਾਂ ਦੀਆਂ ਆਉਂਦੀਆਂ ਨੇ, ਇਹ ਫਿਰ ਇਸ ਤੋਂ ਇਥੋਂ ਕਲਰ ਹੁੰਦੀਆਂ ਨੇ। ਅੱਛਾ, ਇਹ ਕਲਰ ਛਾਪਾ ਹਾਨਾ ਟਾਈਪ ਬਣੀ ਹੋਈ ਹੈ? ਇਹ ਛਾਪਾ ਹੁੰਦਾ ਇੱਥੇ, ਇਹ ਫਿਰ ਵੱਡੇ ਵੱਡੇ ਰੂਲੇ ਬਣ ਜਾਂਦੇ ਨੇ, ਰੂਲੇ ਅਸੀਂ ਉੱਧਰ ਲੈ ਜਾਂਦੇ ਆ, ਠੀਕ ਹੋ ਗਿਆ, ਉੱਥੇ ਜਾ ਕੇ ਤੇ ਅਸੀਂ ਫਿਰ ਇਹਨਾਂ ਨੂੰ ਖੋਲਨੇ ਆ, ਖੋਲ ਕੇ ਤੇ ਫਿਰ ਇਹਨਾਂ ਦੀ ਕਟਾਈ ਕਰਨੇ ਆ। ਚਲੋ ਜੀ, ਇੱਕ ਉਹ ਵੀ ਹੈ, ਉਹ ਵੀ ਹਲਕੀ ਫੁਲਕੀ ਤੁਸੀਂ ਵਹਾਓ, ਇਹ ਤੇ ਅਸੀਂ ਕੰਮ ਇਹਨਾਂ ਦਾ। ਕਿੰਨਾ ਕਰਸਾ ਹੋ ਗਿਆ ਜੇ ਇੱਥੇ ਆਇਆ? ਵੀਜ਼ੇ ਤੇ ਆਏ ਸੋ ਜਾਂ ਕਿਵੇਂ ਆਏ ਸੋ ਜੀ? ਸਾਨੂੰ ਹੋ ਗਏ ਨੇ ਤਕਰੀਬਨ 10-11 ਮਹੀਨੇ ਹੋ ਗਏ ਨੇ। ਅੱਛਾ, ਅਸੀਂ ਵੀਜ਼ੇ ਤੇ ਆਏ ਆ, ਉਸ ਬਾਅਦ ਵੀਜ਼ਾ ਕਾਗਜ਼ ਸ਼ਗਲ ਹੈ ਜੇ ਕੋਈ? ਸਾਡੇ ਕੋਲ ਦੁਨੀਆ ਦੀ ਕੋਈ ਸ਼ਾਇ ਨਹੀਂ ਹੈ, ਵੀਜ਼ਾ ਸਾਡਾ ਖਤਮ ਹੋ ਗਿਆ ਹੈ। ਠੀਕ ਹੈ, ਹੁਣ ਇਸ ਟਾਈਮ ਅਸੀਂ ਕੱਚੇ ਕੀ ਆ? ਕੱਚੇ ਕੀ ਹੋ ਜੀ? ਤੇ ਕਿੰਨੀ ਕੁ ਤਨਖਾਹ ਦੇ ਛੱਡਦੇ ਜੇ? ਤਨਖਾਹ ਸਾਡੀ 20,000 ਰੁਪਈਆ ਹੈ। ਅੱਛਾ, ਬਾਕੀ ਰਿਹਾਇਸ਼ ਰੂਸ਼ ਸਾਰਾ ਕੁਝ ਮਾਲਕ ਦਈਏ, ਸਾਡਾ ਕੋਈ ਚੀਜ਼ ਨਹੀਂ। ਨਾਜ਼ਰੀਨ, ਤੁਹਾਨੂੰ ਇਹਨਾਂ ਦੀ ਰਿਹਾਇਸ਼ ਦਾ ਵੀ ਕੋਈ ਹਲਕਾ ਫੁਲਕਾ ਵਿਜ਼ਿਟ ਕਰਾਂਗੇ ਅਗਰ ਮੰਨ ਗਏ ਤੇ, ਬਾਕੀ ਇਹ ਭਾਈ ਇਹਨਾਂ ਨਾਲ ਹੁਣ ਗੱਲਬਾਤ ਕਰਨੀ ਆ। ਬੜਾ ਸ਼ੁਕਰੀਆ ਭੱਟੀ ਸਾਹਿਬ, ਇਹ ਪਿੰਡੀ ਭੱਟੀਆਂ ਦੇ ਜਨਾਬ ਸਾਡੇ ਬਹੁਤ ਪਿਆਰੇ ਦੋਸਤ ਨੇ, ਇਹਨਾਂ ਦਾ ਬਹੁਤ ਸ਼ੁਕਰੀਆ। ਹਾਂ ਜੀ ਭਾਈ ਜਾਨ, ਇਹ ਜੀ ਭਾਈ ਜਾਨ ਇਸ ਮਸ਼ੀਨ ਦੇ ਕਾਰੀਗਰ ਨੇ ਜਿੱਥੇ ਕਾਗਜ਼ ਕਟਿੰਦੇ ਕਟੁੰਦੇ ਨੇ, ਉਹਨਾਂ ਨਾਲ ਹੁਣ ਵਿਖਾਨੇ ਆ ਉਹ ਮਸ਼ੀਨ ਦੇ ਮੁਤਲਕ ਤੁਹਾਨੂੰ ਦੱਸਨੇ ਆ। ਅੱਛਾ, ਕੀ ਇਹਦੇ ਹਿਸਾਬ ਕਿਤਾਬ ਹੈ? ਕੀ ਹਿਸਾਬ ਕਿਤਾਬ ਜੀ? ਇੱਥੋਂ ਮਸ਼ੀਨ ਚਾਲੂ ਹੁੰਦੀ ਹੈ, ਇਹਨੂੰ ਸੈਦ ਕਾੜ ਕੇ ਵਿੱਚ ਰੱਖਣਾ ਪੈਂਦਾ, ਉਹ ਸੈਦ ਕਾੜ ਕੇ ਕਟਾਈ ਕਰਨੀ ਪੈਂਦੀ ਹੈ ਇੱਥੋਂ। ਅੱਛਾ, ਇਹ ਕਟਾਈ ਕਰਕੇ ਇਹ ਸੈਦ ਮਾਲ ਛੋਟਾ ਵੱਡਾ ਮਿਕਸ ਹੁੰਦਾ, ਠੀਕ ਹੈ। ਉਸ ਤੋਂ ਬਾਅਦ ਜੇ ਸਰਕਾਰ ਉਹ ਬੋਬਿਨ ਆ, ਮਤਲਬ ਉੱਥੇ ਮਾਲ ਜੋੜ ਜੋੜ ਛੱਡਣਾ? ਹਾਂਜੀ, ਉਹ ਬੋਬਿਨ ਵੱਡਾ ਚਾੜਨਾ ਮਸ਼ੀਨ ਦੇ ਉੱਤੇ, ਇੱਥੋਂ ਕਟਾਈ ਹੋਣਾ। ਅੱਛਾ, ਉਸ ਤੋਂ ਬਾਅਦ ਇਹ ਛੋਟੇ ਬੋਬਿਨ ਨੇ। ਅੱਛਾ, ਮਤਲਬ ਇਹ ਕੱਟਦੇ ਕੁੱਟਦੇ ਹੋ? ਸਾਨੂੰ ਤੁਸੀਂ ਇਹ ਦੱਸੋ ਵਾ, ਦਿਹਾੜੀ ਚ ਕਿੰਨਾ ਕੁ ਮਾਲ ਜਿਹੜਾ, ਕਿੰਨੇ ਕਿਲੋ ਮਾਲ ਜਿਹੜਾ ਕੱਟ ਛੱਡਦੇ ਹੋ? ਅਸੀਂ ਦਿਹਾੜੀ ਦੇ ਵਿੱਚ 1.5 ਟਨ ਮਾਲ ਕੱਟ ਦਿੰਦੇ ਆ। 1.5 ਟਨ ਮਾਲ ਜਿਹੜਾ ਉਹ ਕੱਟੀ ਜਾਂਦਾ? ਕੱਟੀ ਜਾਂਦਾ। ਅੱਛਾ, ਇਹ ਭਾਈ ਜਾਨ ਜਿਹੜੇ ਨੇ ਇਸ ਮਸ਼ੀਨ ਦੇ ਜਿਹੜੇ ਕਾਰੀਗਰ ਨੇ, ਮਤਲਬ ਬਲੇਡ ਉਹ ਲੁੱਟ ਰਹੇ ਨੇ ਜੀ। ਅੱਛਾ, ਤੁਸੀਂ ਹੁਣ ਅੱਗੇ ਸਾਰੀ ਅਸਾਂ ਫੈਕਟਰੀ ਦਾ ਵਿਜ਼ਿਟ ਸ਼ਿਜ਼ਟ ਕੀਤਾ ਜੀ ਜੀ, ਕੁਝ ਤੁਸੀਂ ਇਹਨਾਂ ਨੂੰ ਕਾਰਕ ਦੇ ਰਹੇ ਹੋ, ਟਰਕਸ਼ ਮਾਲਕਾਂ ਨੂੰ
ਗੈਰ ਕਾਨੂੰਨੀ ਤੌਰ ਤੇ ਇੱਥੇ ਰਹਿ ਕੇ ਜੀ ਜੀ ਹੁਣ ਅਸੀਂ ਗੱਲ ਕਰਾਂਗੇ ਤੁਹਾਨੂੰ ਇਹ ਕੀ ਦੇ ਰਹੇ ਨੇ ਪਹਿਲਾਂ ਤੇ ਸਾਨੂੰ ਇਹ ਦੱਸੋ ਵਾ ਕਿੰਨੀ ਤਨਖਾਹ ਦਿੰਦੇ ਨੇ ਤੁਹਾਨੂੰ ਇੱਥੇ ਸਾਨੂੰ ਬਾਈ ਜਾਨ 20,000 ਰੁਪਇਆ ਦੇ ਰਹੇ ਨੇ ਸੈਲਰੀ ਅੱਛਾ ਦੀ ਠੀਕ ਹੈ ਹਫਤੇ ਬਾਅਦ ਸਾਨੂੰ ਸੈਲਰੀ ਲੱਭਦੀ ਹੈ ਮਤਲਬ ਹਫਤੇ ਤੇ ਉਹ ਮਹੀਨੇ ਤੇ ਨਹੀਂ ਗਿਆ ਨਹੀਂ ਮਹੀਨੇ ਤੇ ਮੰਥਲੀ ਤੇ ਨਹੀਂ ਛੁੱਟੀ ਕਰੋ ਤੇ ਕੱਟ ਲੈਂਦੇ ਨੇ ਕੀ ਮਾਮਲਾ ਹੈ ਛੁੱਟੀ ਕਰੀਏ ਬਿਮਾਰ ਹੋ ਜਾਵੇ ਕੋਈ ਮਸਲਾ ਮਸਾਇਲ ਬਣ ਜਾਵੇ ਫਿਰ ਨਹੀਂ ਕੱਟਦੇ ਬਿਲਾ ਵਜ੍ਹਾ ਕਰੀਏ ਤੇ ਫਿਰ ਕੱਟ ਆ ਇੰਜ ਰਾਤ ਸਾਰੀ ਪਬਜੀ ਖੇਡੋ ਤੇ ਵੱਡੇ ਵੱਡੇ ਕੋਈ ਬਿਮਾਰ ਆ ਜੀ ਬਿਲਕੁਲ ਫਿਰ ਕੱਟ ਲੈਣ ਦੇ ਅੱਛਾ ਤੁਹਾਨੂੰ ਈਦ ਦੀਆਂ ਕਿੰਨੀਆਂ ਛੁੱਟੀਆਂ ਇਹਨਾਂ ਦਿੱਤੀਆਂ ਨੇ ਈਦ ਦੀਆਂ ਸਾਨੂੰ ਜੀ 2 ਮਿਲੀਆਂ ਨੇ ਛੁੱਟੀਆਂ ਅੱਛਾ ਟੋਟਲ ਜਿਹੜਾ ਤੁਹਾਡਾ ਇੱਥੇ ਕਿੰਨਾ ਖਰਚਾ ਕਿੰਨਾ ਆ ਜਾਂਦਾ ਰਿਹਾਇਸ਼ ਰੂਸ਼ ਇਹਨਾਂ ਦਿੱਤੀ ਹੈ ਕੀ ਰਿਹਾਇਸ਼ ਇਹਨਾਂ ਦਿੱਤੀ ਹੈ ਵਾਈਫਾਈ ਇਹਨਾਂ ਦੀ ਪਾਣੀ ਇਹਨਾਂ ਦਾ ਹਰ ਬਿਜਲੀ ਦਾ ਬਿੱਲ ਇਹਨਾਂ ਦਾ ਅੱਛਾ ਤੇ ਅਸੀਂ ਕੋਈ ਖਾ ਪੀ ਕੇ ਨਾ ਕੋਈ 17,000 ਰੁਪਇਆ ਬਚਾ ਲੈਂਦੇ ਪਾਕਿਸਤਾਨ ਕਿੰਨੇ ਰੁਪਈਏ ਤੁਸੀਂ ਘਰ ਪਾ ਛੱਡਦੇ ਹੋ ਪਾਕਿਸਤਾਨ ਅਸੀਂ ਪਾ ਛੱਡੇ ਦਾ 16,000 ਨਹੀਂ ਮਤਲਬ ਪਾਕਿਸਤਾਨੀ ਕਿੰਨੇ ਪੀ ਕੇ ਰਪੜ ਜਾਂਦੇ ਨੇ ਰੁਪਈਆ ਕੋ ਲੱਖ ਸਵਾ ਡੇਢ ਤੱਕ ਡੇਢ ਲੱਖ ਪਹੁੰਚ ਜਾਂਦਾ ਡੇਢ ਤੁਸੀਂ ਤੁਸੀਂ ਹੁਣ ਇਹ ਜ਼ਿੰਦਗੀ ਤੇ ਮੁਤਮਿਨ ਹੋ ਬਸ ਮੁੜ ਜੋ ਆ ਜਾਵੇ ਉਹ ਕਰੇ ਨਹੀਂ ਹੁਣ ਵੇਖੋ ਨਾ ਪਾਕਿਸਤਾਨ 17ਵੇਂ ਗ੍ਰੇਡ ਦਾ 16ਵੇਂ ਗ੍ਰੇਡ ਦਾ ਵੀ ਇੰਨੇ ਰੁਪਈਏ ਨਹੀਂ ਬਣਾਉਂਦਾ ਬੜੇ ਸੋਹਣੇ ਰੁਪਈਏ ਚੱਲੀ ਹੋਈ ਹੈ ਅੱਛਾ ਤੇ ਇਨਸ਼ਾਅੱਲਾ ਨਿਜ਼ਾਮ ਬਹੁਤ ਅੱਛਾ ਚੱਲ ਰਿਹਾ ਦੂਸਰੇ ਨੰਬਰ ਤੇ ਸਾਨੂੰ ਇਹ ਦੱਸੋ ਬਸ ਜਿਹੜਾ ਕੁਝ ਜੀ ਹੁਣ ਪਾਕਿਸਤਾਨ ਤੁਹਾਡੀ ਵੀਡੀਓ ਬੜੇ ਸਾਰੇ ਦੋਸਤ ਸਾਡੀ ਵੀਡੀਓ ਵੇਖਦੇ ਨੇ ਜੀ ਕੋਈ ਦੋਸਤ ਹੁਣ ਇੱਥੇ ਆਉਣਾ ਚਾਹੁੰਦਾ ਹੈ ਕਾਨੂੰਨੀ ਤੌਰ ਤੇ ਜਾਂ ਗੈਰ ਕਾਨੂੰਨੀ ਤੌਰ ਤੇ ਆਉਣਾ ਚਾਹੀਦਾ ਹੈ ਜਾਂ ਨਹੀਂ ਆਉਣਾ ਚਾਹੀਦਾ ਤੁਸੀਂ ਆਪਣਾ ਐਕਸਪੀਰੀਅੰਸ ਤਜਰਬਾ ਦੱਸੋ ਮੈਂ ਤਾਂ ਆਖਾਂਗਾ ਕਿ ਗੈਰ ਕਾਨੂੰਨੀ ਨਾ ਆਓ ਕਾਨੂੰਨ ਦੇ ਹਿਸਾਬ ਨਾਲ ਆਓ ਕੋਈ ਮਸਲਾ ਨਹੀਂ ਇੱਥੇ ਜੋ ਮੁਕਦਰਾ ਵਿੱਚ ਉਹ ਹੀ ਲੱਭਣਾ ਹੈ ਇਹ ਗੱਲ ਜੋ ਉਹਨਾਂ ਦੇ ਦਾਣਾ ਪਾਣੀ ਲਿਖਿਆ ਨਾ ਲੱਭੇਗਾ ਇਨਸ਼ਾਅੱਲਾ ਉਹਨਾਂ ਨੂੰ ਮੈਂ ਉਹਨਾਂ ਨੂੰ ਕਹਾਂਗਾ ਕਿ ਤੁਸੀਂ ਨਾ ਆਓ ਇਹ ਗਲਤ ਗੱਲ ਹੈ ਅੱਛਾ ਜੋ ਨਸੀਬਾਂ 'ਚ ਲੱਭੇਗਾ ਇਨਸ਼ਾਅੱਲਾ ਬਾਕੀ ਕੰਮਾਂ ਦੇ ਕੀ ਹਾਲਾਤ ਨੇ ਇੱਥੇ ਅਗਰ ਸਪੋਜ਼ ਐਟ ਅੱਲਾ ਨਾ ਕਰੇ ਤੁਹਾਨੂੰ ਇੱਕ ਮਾਲਕ ਛੁੱਟੀ ਕਰਾਉਂਦਾ ਦੂਜੀ ਥਾਂ ਕੰਮ ਲੱਭ ਪੈਂਦਾ ਨਹੀਂ ਲੱਭਦਾ ਇਨਸ਼ਾਅੱਲਾ ਲੱਭ ਜਾਂਦਾ ਕੋਈ ਮਸਲਾ ਨਹੀਂ ਇੱਥੇ ਠੀਕ ਹੋ ਗਿਆ ਨਾਜ਼ਰੀਨ ਕੰਮਾਂ ਦੇ ਵਾਕਈ ਇਸ ਤਰ੍ਹਾਂ ਇੱਥੇ ਮਾਮਲਾਤ ਬੜੇ ਬਿਹਤਰੀਨ ਨੇ ਮਤਲਬ ਅਗਰ ਇੱਕ ਥਾਂ ਤੁਹਾਨੂੰ ਛੁੱਟੀ ਹੁੰਦੀ ਹੈ ਦੂਜੀ ਥਾਂ ਤੁਸੀਂ ਬਆਸਾਨੀ ਜਾ ਕੇ ਕੰਮ ਕਰ ਸਕਦੇ ਹੋ ਲੇਕਿਨ ਪੇਪਰ ਨਹੀਂ ਬਣਦੇ ਜਾਂ ਮਤਲਬ ਲੀਗਲ ਨਹੀਂ ਹੋਇਆ ਜਾ ਸਕਦਾ ਬਾਕੀ ਕੰਮਾਂ ਦੀ ਨਹੀਂ ਟੈਨਸ਼ਨ ਹੈ ਬਾਕੀ ਆਓ ਤੁਹਾਨੂੰ ਇਹਨਾਂ ਦੀ ਹੁਣ ਹਲਕੀ ਫੁਲਕੀ ਰਿਹਾਇਸ਼ ਵੀ ਵਿਖਾਉਂਦੇ ਹਾਂ ਜਿੰਨੀ ਕਿ ਸਾਨੂੰ ਇਜਾਜ਼ਤ ਦੇਣ ਦੇ ਉਨੀ ਕਦੀ ਵਿਖਾਉਂਦੇ ਅਲਕਾਇਦਾ ਭਾਜਨ ਕੈਮਰਾ ਫੇਰ ਛੁੜੋ ਹਜਦੇ ਇਹ ਜਨਾਬ ਹੈ ਸਾਹਮਣਾ ਕਿਚਨ ਹੈ ਅੱਗੇ ਵਾਸ਼ਰੂਮ ਹੈ ਇੱਕ ਸਾਡਾ ਮੋਰਾ ਛੋੜ ਇੱਥੇ ਬੈਠਾ ਹੈ ਇਹ ਜੀ ਬੈਡਰੂਮ ਤੇ ਦੇਖਦੀ ਹੈ ਬਿਮਾਰ ਹੈ ਜਾਂ ਪਤਾ ਨਹੀਂ ਕੀ ਇੱਕ ਇੱਕ ਸਰਕਾਰ ਡਬਲ ਬੈੱਡ ਇੱਥੇ ਲੱਗਾ ਜੀ ਹੇਠ ਉੱਤੇ ਦੋ ਜੀ ਇੱਥੇ ਸੌ ਸਕਦੇ ਨੇ ਗੇਮ ਕਰਨੀ ਉਹਨਾਂ ਨਾਲ ਬੜੀ ਜ਼ਿਆਦਾ ਮਾਜ਼ਰਤ ਕਿਉਂਕਿ ਸਾਡਾ ਮਕਸਦ ਤੁਹਾਡੇ ਤੱਕ ਅਥੈਂਟਿਕ ਮਾਲੂਮਾਤ ਪਹੁੰਚਾਉਣਾ ਨਾ ਕਿ ਸ਼ਬਦਬਾਜ਼ੀਆਂ ਫੈਲਾਉਣਾ ਅਸੀਂ ਨਾ ਤੇ ਖੁਦ ਏਜੰਟ ਆ ਔਰ ਨਾ ਹੀ ਕਿਸੇ ਏਜੰਟ ਵਾਸਤੇ ਅਸੀਂ ਕੰਮ ਕਰਨੇ ਆ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ